ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬ ਦੇ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ। ਇਹ ਮੀਟਿੰਗ ਚੰਡੀਗੜ੍ਹ ਦੇ ਸੈਕਟਰ 35 ਦੇ ਮਿਊਂਸੀਪਲ ਭਵਨ ਵਿੱਚ ਕੀਤੀ ਜਾਵੇਗੀ। ਪਤਾ ਲੱਗਿਆ ਕਿ ਵਿਧਾਇਕਾਂ ਤੋਂ ਸਰਕਾਰ ਦੇ ਕੰਮਾਂ ਬਾਰੇ ਅਤੇ ਹਲਕੇ ਦੇ ਕੰਮਾਂ ਬਾਰੇ ਜਾਣਕਾਰੀ ਲਈ ਜਾਵੇਗੀ। ਇਸ ਤੋਂ ਇਲਾਵਾ ਸਰਕਾਰ ਵੱਲੋਂ ਲਗਾਏ ਗਏ ਫੈਸਲਿਆਂ ਉੱਪਰ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਲਾਈਟ ਦੀ ਪ੍ਰੋਬਲਮ ਨਹੀਂ ਆਉਂਦੀ ਜੀ, ਪਿਛਲੇ ਸਾਲ ਸੀ ਨਾ, ਬਿਜਲੀ ਦਾ ਪ੍ਰਬੰਧ ਪੂਰਾ ਹੋ ਗਿਆ ਜੀ। ਪੰਜਾਬ ਦੀ ਇੱਕ ਕੋਲੇ ਦੀ ਖਾਨ 2015 ਤੋਂ ਬੰਦ ਪਈ ਸੀ ਝਾਰਖੰਡ 'ਚ, ਪੰਜਾਬ ਨੇ ਖਰੀਦੀ ਹੋਈ ਹੈ ਖਾਨ, ਉਹ ਬੰਦ। ਕਾਰਨ ਕੋਲਾ ਇੱਧਰੋਂ ਉੱਧਰੋਂ ਲੈਣਾ ਤਾਂ ਕਿ ਉਹਨਾਂ ਨਾਲ ਆ ਸੈਟਿੰਗ ਹੋ ਜਾਵੇ ਪੈਸੇ ਦੀ। ਅਸੀਂ ਉਹ ਖਾਨ ਚਲਾ ਲਈ। ਮੈਂ ਮਈ ਦੇ ਆਖਰੀ ਹਫ਼ਤੇ ਦੇ ਵਿੱਚ ਝਾਰਖੰਡ ਜਾ ਕੇ ਉਹ ਖਾਨ ਦਾ ਉਦਘਾਟਨ ਕਰਕੇ ਆਊਂਗਾ। ਕੋਲਾ ਸਿੱਧਾ ਪੰਜਾਬ ਦਾ ਇੱਥੇ ਆ ਗਿਆ। ਮੇਰੇ ਕੋਲ ਜਦੋਂ ਫਾਈਲਾਂ ਆਉਂਦੀਆਂ ਨੇ, ਮੈਨੂੰ ਲੱਗਦਾ ਪੰਜਾਬ ਦੇ ਲੋਕਾਂ ਦੇ ਖੂਨ ਨਾਲ ਲਿਪੜੀਆਂ ਹੋਈਆਂ ਫਾਈਲਾਂ ਨੇ। ਇੰਨਾ ਲੁੱਟਿਆ ਇਹਨਾਂ ਲੋਕਾਂ ਨੇ, ਆ ਕੋਠੀ ਨਹੀਂ ਛੱਡਦੇ ਹਜੇ ਤੱਕ। ਦੇਖੋ, ਅਸੀਂ ਕਿਹਾ ਹੁਣ ਤੁਸੀਂ ਨਹੀਂ ਰਹੇ, ਤੁਹਾਨੂੰ ਲੋਕਾਂ ਨੇ ਹਰਾਤਾ। ਕਹਿੰਦੇ ਹੈ ਜੀ ਹਰਾਤਾ, ਕੋਠੀ ਤਾਂ ਦੇ ਦਿਓ। ਕਿਉਂ ਕੋਠੀ ਕਾਹਦੀ ਦੇ ਦੀ ਤੁਹਾਨੂੰ? ਗੱਡੀਆਂ ਨਹੀਂ ਮੋੜ ਰਹੇ ਹਜੇ ਤੱਕ, ਆਦਤਾਂ ਪੈ ਗਈਆਂ ਨਾ ਐਂ ਰਹਿਣ ਦੀਆਂ। ਪਹਿਲਾਂ ਰਲੇ ਹੁੰਦੇ ਸੀ, ਉਹ ਕਹਿੰਦੇ ਚੱਲ ਕੋਈ ਗੱਲ ਨਹੀਂ, ਅਗਲੇ 5 ਸਾਲ ਬਾਅਦ ਤੂੰ ਆ ਜੀ ਰੱਖ ਲੈ ਹੀ। ਗੱਡੀਆਂ ਮੜਾਈਆਂ, ਕੋਠੀਆਂ ਵਾਪਸ ਕਰਾਈਆਂ, ਪੈਨਸ਼ਨਾਂ ਬੰਦ ਕੀਤੀਆਂ, ਹਜੇ ਤਾਂ ਦੇਖਿਓ ਤੁਸੀਂ ਕਾਗਜ਼ ਨਿਕਲ ਰਹੇ ਨੇ, ਕਾਗਜ਼ ਨਿਕਲ ਰਹੇ ਨੇ। ਬੁਲਡੋਜ਼ਰ ਕਿੱਥੇ ਕਿੱਥੇ ਚੱਲਣਗੇ ਤੁਸੀਂ ਦੇਖਦੇ ਜਾਓ।